ਸਤਗੁਰੂ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲੇ ਬਲਾਈ ਨਿਰਵੈਰ ਨਾਲ ਵੈਰ ਚਾਹਿੰਦਾ ਆਪਣੇ ਘਰ ਲੂਕੀ ਲਾਏ ਅੰਤਰ ਕ્રોਧ ਅਹੰਕਾਰ ਹੈ ਅਨ ਦਿਨ ਜਲੈ ਸਦਾ ਦੁੱਖ ਪਾਏ ਕੂੜ ਬੋਲ ਬੋਲ ਨੇ ਤਉ ਭੌਂਕ ਦੇ ਬਿਖ ਖਾਦੇ ਦੁਜੈ ਭਾਏ ਬੇਖੋ ਮਾਇਆ ਕਾਰਣ ਭਰਮ ਦੇ ਫਿਰ ਘਰ ਘਰ ਪਤ ਗਵਾਏ ਬੇਸ਼ਵਾ ਕਰੇ ਪੂਤ ਜਿਉ ਪਿਤਾ ਨਾਮ ਤੇ ਸਜਾਏ ਹਰ ਹਰੋ ਨਾਮ ਨਾ ਚੇਤਨੀ ਕਰਤਾ ਆਪ ਖੁਆਏ ਹਰ ਗੁਰਮੁਖ ਕਿਰਪਾ ਧਾਰੀ ਅਨਾ ਜਨ ਵਿਛੜੇ ਆਪ ਮਿਲਾਏ ਜਨ ਨਾਨਕ ਤਿਸ ਬਲਹਾਰਣੈ ਜੋ ਸਤਗੁਰ ਲਾਗੇ ਪਾਏ ਹਾਰੋ ਗੁਰਮੁਖ ਕਿਰਪਾ ਧਾਰੀ ਅਨਾ ਜਨ ਵਿਛੜੇ ਆਪ ਮਿਲਾਏ ਜਨ ਨਾਨਕ ਤਿਸ ਬਲਹਾਰਣੈ ਜੋ ਸਤਗੁਰ ਲਾਗੇ ਪਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੀ ਸਾਥ ਸੰਗਤ ਜੀਓ ਸ਼ਲੋਕ 12 ਪਵਦੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਇਸ ਲੜੀ ਦੇ ਤਹਿਤ ਅਜ ਆਪਾਂ ਧੰਨ ਗੁਰੂ ਅਮਰਦਾਸ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 23 ਨੰਬਰ ਸ਼ਲੋਕ ਜਿਸ ਦਾ ਪਾਠ ਸਰਵਣ ਕੀਤਾ ਹੈ ਇਹ ਪਾਵਨ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1415 ਦੇ ਉੱਪਰ ਸੁਭਾਏਮਾਨ ਹੈ ਇਸ ਪਾਵਨ ਸ਼ਲੋਕ ਵਿੱਚ ਸਤਿਗੁਰ ਜੀ ਨੇ ਸਤਿਗੁਰੂ ਉਸ ਵਹਿਗੁਰੂ ਅਕਾਲਪੁਰਖ ਦੀ ਪ੍ਰਭਾਸ਼ਾ ਨੂੰ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਅਤੇ ਉਪਦੇਸ਼ ਦਿੱਤਾ ਹੈ ਸਤਿਗੁਰੂ ਅਕਾਲਪੁਰਖ ਕਿਸੇ ਨਾਲ ਵੈਰ ਨਹੀਂ ਕਰਦਾ ਉਹ ਨਿਰਵੈਰ ਹੈ ਬਹੁਤ ਪਿਆਰੀਆਂ ਸਿੱਖਿਆਵਾਂ ਸਾਨੂੰ ਸਤਿਗੁਰ ਨੇ ਬਾਣੀ ਰਾਹੀਂ ਦੇ ਕੇ ਸਾਡੇ ਜੀਵਨ ਨੂੰ ਬਹੁਤ ਸੋਨਾ ਬਣਾਉਣ ਦਾ ਯਤਨ ਕੀਤਾ ਹੈ ਵੱਖਰੀ ਗੱਲ ਹੈ ਸਭ ਕੁਝ ਸਾਡੇ ਕੋਲ ਹੋਣ ਦੇ ਬਾਵਜੂਦ ਅਸੀਂ ਉਹ ਆਪ ਸਮਝਣ ਲਈ ਤਿਆਰ ਨਾ ਹੋਈਏ ਇਹ ਸੇਮ ਇਦਾਂ ਜਿਵੇਂ ਘਰ ਦੇ ਵਿੱਚ ਸਾਰੇ ਪਕਵਾਨ ਪਏ ਹੋਣ ਕਿਚਨ ਦੇ ਵਿੱਚ ਹਰ ਇੱਕ ਵਸਤੂ ਪਈ ਹੋਵੇ ਤੇ ਮਨੁੱਖ ਫਿਰ ਵੀ ਭੁੱਖਾ ਬੈਠਾ ਹੋਵੇ ਘਰ ਵਿੱਚ ਕੋ ਬਾਹਰੋਂ ਆਇਆ ਬੰਦਾ ਕਵੇ ਭਾਈ ਕੀ ਗੱਲ ਐ ਕਵੇ ਮੈਨੂੰ ਭੁੱਖ ਬੜੀ ਲੱਗੀ ਐ ਉਹ ਕਵੇਗਾ ਭੁੱਖ ਲੱਗੀ ਐ ਤਾਂ ਸਭ ਕੁਝ ਤੇਰੇ ਘਰ ਆ ਸ਼ਗਲ ਐ ਤੇ ਬੰਦਾ ਕਵੇ ਜੀ ਮੈਨੂੰ ਬਣਾਉਣਾ ਨਹੀਂ ਆਉਂਦਾ ਮੈਨੂੰ ਖਾਣਾ ਨਹੀਂ ਆਉਂਦਾ ਮੈਨੂੰ ਫੁਲਾਨੀ ਵਸਤੂ ਤਿਆਰ ਕਰਨੀ ਨਹੀਂ ਆਉਂਦੀ ਤੇ ਫੇਰ ਉਹਦੀ ਗਲਤੀ ਤੇ ਭਾਈ ਉਹਦੀ ਆਪਣੀ ਮੰਨੀ ਜਾਏਗੀ ਨਾ ਕਿਸੇ ਹੋਰ ਦਾ ਕਸੂਰ ਤੇ ਨਹੀਂ ਐ ਨਾ ਸੇਮ ਇਦਾਂ ਹੀ ਅੱਜ ਮਨੁੱਖ ਦੇ ਕੋਲ ਸਭ ਕੁਝ ਐ ਅੱਜ ਜ਼ਿੰਦਗੀ ਨੂੰ ਸਵਾਰਨ ਦਾ ਸਾਡੇ ਕੋਲ ਕਿੱਦਾਂ ਪਿਆਰ ਰੱਖ ਜਾਣਾ ਹੈ ਅਸੀਂ ਸਿਰਫ ਉਸ ਮਨੁੱਖ ਵਰਗੀਆਂ ਜਿਹਦੇ ਕੋਲ ਖਾਣ ਵਾਲੇ ਪਦਾਰਥਾਂ ਦੇ ਵਿੱਚ ਬੈਠਾ ਹੋਇਆ ਵੀ ਉਹ ਅੰਦਰੋਂ ਭੁੱਖਾ ਹੈ ਤੋ ਇਹ ਗੱਲ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ ਸਤਗੁਰ ਜੀ ਨੇ ਬੜੇ ਪਿਆਰੇ ਸ਼ਬਦਾਂ ਨਾਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਸਤਗੁਰ ਪੁਰਖ ਪੁਰਖ ਦਾ ਅਰਥ ਹੈ ਵਿਆਪਕ ਜਿਵੇਂ ਆਪਾਂ ਮੰਗਲਾ ਚਰਨ ਦੇ ਵਿੱਚ ਪੜਦੇ ਹਾਂ ਸਤਗੁਰ ਜੀ ਨੇ ਜਦੋਂ ਕਰਤੇ ਦੀ ਗੱਲ ਕੀਤੀ ਹੈ ਕਰਤੇ ਦਾ ਅਰਥ ਹੈ ਬਣਾਉਣ ਵਾਲਾ ਤੇ ਪੁਰਖ ਦਾ ਅਰਥ ਹੈ ਸਰਵ ਵਿਆਪਕ ਜਿਹੜਾ ਬਣਾ ਕੇ ਵਿੱਚ ਮੌਜੂਦ ਹੈ ਇਹ ਉਸ ਪਰਮੇਸ਼ਰ ਦੇ ਗੁਣ ਨੇ ਹਜ਼ੂਰ ਫਰਮਾਉਂਦੇ ਨੇ ਸਤਗੁਰ ਪੁਰਖ ਭਾਵ ਉਹ ਸਤਗੁਰੂ ਜਿਹੜਾ ਵਿਆਪਕ ਸਤਗੁਰੂ ਹੈ ਹਰ ਥਾਂ ਤੇ ਮੌਜੂਦ ਸਤਗੁਰੂ ਹੈ ਨਰਵੈਰ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਹੈ ਇਹ ਬੜਾ ਬਾ ਕਮਾਲ ਗੁਣ ਹੈ ਉਸ ਪਰਮੇਸ਼ਰ ਦਾ ਉਸ ਸਤਗੁਰ ਦਾ ਕਿ ਵੈਰ ਲਈ ਦੂਜਾ ਹੋਣਾ ਜ਼ਰੂਰੀ ਹੈ ਕਿਉਂਕਿ ਵੈਰ ਅਸੀਂ ਉਹਦੇ ਨਾਲ ਕਰਦੇ ਜਿਹੜਾ ਸਾਨੂੰ ਦੂਜਾ ਦਿਸਦਾ ਹੈ ਜਦੋਂ ਹੋਵੇ ਇੱਕ ਹੁਣ ਪਰਿਵਾਰਾਂ ਚ ਵੇਖਿਓ ਸਮਾਜ ਵਿੱਚ ਵੇਖਿਓ ਸੰਸਥਾਵਾਂ ਵਿੱਚ ਵੇਖਿਓ ਜਦੋਂ ਬੰਦਾ ਇਹ ਸਮਝਾ ਸੀ ਸਾਰੇ ਇੱਕਾਂ ਵੈਰ ਕਿਹਦੇ ਨਾਲ ਕਰੇਗਾ ਪਰਿਵਾਰ ਦੇ 15 ਜੀ ਨੇ ਪਰਿਵਾਰ ਦੇ 20 ਜੀ ਨੇ ਪਰਿਵਾਰ ਦੇ 30 ਜੀ ਨੇ ਸੰਸਥਾ ਵਿੱਚ 50 ਬੰਦੇ ਕੰਮ ਕਰਦੇ ਨੇ 100 ਬੰਦਾ ਕੰਮ ਕਰਦਾ ਜੇ ਉੱਥੇ ਇਹ ਸੋਚੇ ਵੀ ਸਾਰੇ ਇੱਕਾਂ ਫਿਰ ਵੈਰ ਕਾਦਾ ਵੈਰ ਉਦੋਂ ਪਵੇਗਾ ਜਦੋਂ ਇਹ ਮੰਨਿਆ ਜਾਏਗਾ ਇਹ ਹੋਰ ਹੈ ਮੈਂ ਹੋਰ ਹਾਂ ਮੇਰੇ ਨਾਲ ਵੈਰ ਕਰਨਾ ਹੈ ਇਹ ਮੇਰੇ ਨਾਲੋਂ ਵੱਖਰਾ ਹੈ ਹੁਣ ਪ੍ਰਮਾਤਮਾ ਇੱਕ ਹੈ ਜਦੋਂ ਇੱਕ ਪਿਤਾ ਇੱਕ ਇਸਕੇ ਹਮ ਬਾਰ ਤੂੰ ਮੇਰਾ ਗੁਰਹਾਈ ਵਾਲੀ ਗੱਲ ਕਰਦੇ ਤੂੰ ਪ੍ਰਮਾਤਮਾ ਉਸ ਵੈਗਰੂ ਸਤਿਗੁਰ ਦਾ ਵੈਰ ਵੀ ਕਿਹਦੇ ਨਾਲ ਹੋਏਗਾ ਕਿਉਂਕਿ ਦੂਜਾ ਹੈ ਹੀ ਕੋਈ ਨਹੀਂ ਵੈਰ ਹੋਣ ਲਈ ਦੂਜਾ ਚਾਹੀਦਾ ਹੁਣ ਜੇ ਇਹ ਗੋਣਾ ਸੀ ਆਪਣੀ ਜ਼ਿੰਦਗੀ ਚ ਪ੍ਰਗਟ ਕਰ ਲਈਏ ਪਰਿਵਾਰਾਂ ਚੋਂ ਵੈਰ ਮੁਕਣਗੇ ਨਾ ਅਜ ਵੈਰ ਹੀ ਨੇ ਪਾਣੀ ਲਾਉਣ ਤੋਂ ਲੜਾਈ ਹੋ ਰਹੀ ਹੈ ਸਕਾ ਪ੍ਰਾਸ ਸਕੇ ਭਰਾ ਨੂੰ ਕਈ ਨਾਲ ਖੇਤਾਂ ਚ ਵੱਢ ਰਿਹਾ ਹੈ ਇੱਕ ਪਤੀਜੀਆਂ ਦੇ ਸਾਹਮਣੇ ਚਾਚੇ ਦਾ ਕਤਲ ਹੋ ਰਿਹਾ ਹੈ ਕਾਦੇ ਬਦਲੇ ਵੈਰ ਹੈ ਨਾ ਜੇ ਦਾਲ ਬਦਲੇ ਕੀਤਾ ਜਾਇਦਾਦ ਉਥੇ ਪਈ ਹੈ ਅਜ ਦਿਨ ਵਖਦੇ ਤੇ ਦੁੱਖ ਹੁੰਦਾ ਹੈ ਇੱਕ ਬੰਨੇ ਅਸੀਂ ਜ਼ਮੀਨਾਂ ਬਦਲੇ ਕੇਂਦਰ ਨਾਲ ਲੜਾਈ ਪਾ ਕੇ ਬੈਠੇ ਆ ਕਿ ਸਾਡੀਆਂ ਜ਼ਮੀਨਾਂ ਦਾ ਕੋਈ ਖੋਲੇ ਤੇ ਦੂਜੇ ਬੰਦੇ ਸਿੱ ਆਪਣੇ ਪਰਾਵਾ ਡਰੇ ਕਦੋਂ ਸਾਨੂੰ ਅਕਲ ਆਏ ਜਿੰਨੇ ਅਸੀਂ ਰਾਜਨੀਤਿਕ ਲੋਕਾਂ ਦੇ ਤਲਵੇ ਚਟੇ ਨੇ ਜਿੰਨੇ ਅਸੀਂ ਦੇਹ ਧਾਰੀਆਂ ਦੀਆਂ ਪ੍ਰਕਰਮਾਂ ਕੀਤੀਆਂ ਕਾਸ਼ ਕਿਤੇ ਅਸੀਂ ਬਾਣੀ ਨੂੰ ਸਮਝਿਆ ਹੁੰਦਾ ਤੇ ਸ਼ਾਇਦ ਆ ਦਿਨ ਨਾ ਅਸੀਂ ਦੇਖਦੇ ਦੋ ਮਿੰਟ ਸਬਰ ਕਿਤੇ ਜਾ ਸਕਦਾ ਸੀ ਨਾ ਤੂੰ ਲਾ ਲਾ ਪਾਣੀ ਪਰਾਵਾ ਮੈਂ ਕੱਲ ਨੂੰ ਲਾ ਲਾਂਗਾ ਪਾਣੀ ਦੀ ਵਾਰੀ ਤੋਂ ਲੜਾਈ ਪੈ ਰਹੀ ਹੈ ਉੱਥੇ ਸ਼ਵੀਲਾ ਲਾ ਲਾ ਕੇ ਦੂਜਿਆਂ ਨੂੰ ਰਸੇ ਬੰਨ ਬੰਨ ਕੇ ਪਾਣੀ ਪਿਆਇਆ ਜਾ ਰਿਹਾ ਹੈ ਇੱਥੇ 2 ਘੰਟੇ ਦੇ ਪਾਣੀ ਤੋਂ ਭਰਾ ਬਾ ਗਾਟਾ ਉਤਾਰਿਆ ਜਾ ਰਿਹਾ ਹੈ ਪਾਠ ਹੋ ਰਹੇ ਨੇ ਸੰਪੜ ਪਾਠ ਹੋ ਰਹੇ ਨੇ ਇਕੋਤਰੀਆਂ ਹੋ ਰਹੀਆਂ ਨੇ ਅੱਖਾਂ ਮੀਟ ਮੀਟ ਕੇ ਗੁਰਦੁਆਰਿਆਂ ਚ ਜਪ ਤਪ ਸਮਾਗਮ ਕੀਤੇ ਜਾ ਰਹੇ ਨੇ ਸਾਨੂੰ ਰਹਿਣਾ ਨਹੀਂ ਆ ਰਿਹਾ ਸਮਾਜ ਵਿੱਚ ਹੁਣੇ ਇਹ ਇਹ ਗੁਣ ਸੀ ਜਿਹੜੇ ਜ਼ਿੰਦਗੀ ਚੋਂ ਆਪਣੇ ਪ੍ਰਗਟ ਕਰਨੇ ਸੀ ਜਿਉਂ ਸੀ 12 ਮਾਹ ਦੀ ਬਾਣੀ ਪੜਦੇ ਆ ਫਲ ਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟੇ ਆਏ ਅੰਦਰੋਂ ਸੱਜਣ ਨੂੰ ਪ੍ਰਗਟ ਕਰਨਾ ਸੀ ਹੁਣ ਆਲਾ ਨਰਵੈਰ ਵਾਲਾ ਗੁਣ ਹੈ ਹਰ ਬੰਦੇ ਦੀ ਜ਼ਿੰਦਗੀ ਚ ਹੈਗਾ ਹੈ ਨਹੀਂ ਪ੍ਰਗਟ ਕੀਤਾ ਤਾਂ ਸਾਡੀ ਆਪਣੀ ਗਲਤੀ ਸਤਿਗੁਰੂ ਪੁਰਖ ਨਰਵੈਰ ਹੈ ਨਿਤ ਹਿਰਦੇ ਹਰ ਲੇਵ ਲਾਏ ਏ ਭਾਈ ਸਤਿਗੁਰੂ ਪੁਰਖ ਨਰਵੈਰ ਹੈ ਲਾ ਅੰਦਰੋਂ ਬਾਹਰੋਂ ਨਰਵੈਰ ਹੈ ਨਿਤ ਹਿਰਦੇ ਹਰਨੇ ਲਾਏ ਜਿਹੜਾ ਹਰ ਵਕਤ ਉਸ ਸੱਚ ਨਾਲ ਜੁੜਿਆ ਹੋਇਆ ਹੈ ਹੁਣ ਇਥੇ ਗੱਲ ਕੀ ਹੈ ਨਿਤ ਹਰਦੇ ਹੁਣ ਹੁਣ ਸਤਿਗੁਰ ਪ੍ਰਖੇ ਤੇ ਨਰਵੈਰ ਹੈ ਪਰ ਜੇ ਬੰਦਾ ਆਪਣੇ ਹਿਰਦੇ ਵਿੱਚ ਇਹ 24 ਘੰਟੇ ਲਿਵ ਲਾ ਕੇ ਰੱਖੇ 24 ਘੰਟੇ ਇਸ ਗੁਣ ਨੂੰ ਪ੍ਰਗਟ ਕਰਨ ਤੇ ਸਟੱਡੀ ਕਰੇ ਬੰਦਾ ਵੀ ਨਰਵੈਰ ਹੋ ਸਕਦਾ ਹੈ ਹੋਏ ਨਹੀਂ ਗੁਰੂ ਸਾਹਿਬ ਦੇ ਜਦੋਂ ਤੁਸੀਂ ਜੀਵਨ ਤੋਂ ਵਖਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਵਰਗੀ ਸ਼ਖਸੀਅਤ ਭਾਈ ਤਾਰੂ ਸਿੰਘ ਵਰਗੀ ਸ਼ਖਸੀਅਤ ਵੈਰਤੋਂ ਰਸ ਜੇ ਕਿਸੇ ਮੁਸਲਮਾਨ ਦੀ ਬੇਟੀ ਉੱਤੇ ਵੀ ਆਂਚ ਆਉਂਦੀ ਹੈ ਤੇ ਭਾਈ ਤਾਰੂ ਸਿੰਘ ਸਿੱਖਾਂ ਦੀ ਹੈਲਪ ਲੈ ਕੇ ਮਦਦ ਦੇ ਨਾਲ ਉਹ ਧੀ ਛੜਾ ਕੇ ਲਿਆਉਂਦੇ ਨੇ ਵੈਰ ਨਹੀਂ ਹੈ ਨਾ ਅੰਦਰ ਇਹ ਗੁਣ ਸਿੱਖਾਂ ਨੇ ਗੁਰੂ ਕੇ ਪਿਆਰੇ ਨੇ ਆਪਣੇ ਅੰਦਰ ਪ੍ਰਗਟ ਕੀਤਾ ਹੈ ਪਗਤ ਪੂਰਨ ਸਿੰਘ ਵਰਗੇ ਯੋਧਿਆਂ ਨੇ ਉਹ ਗੁਣ ਪ੍ਰਗਟ ਕੀਤਾ ਹੈ ਵੈਰ ਤੋਂ ਰਹਿਤ ਹੋ ਕੇ ਸਮਾਜ ਵਿੱਚੋਂ ਅਪਾਜ ਬੰਦੇ ਚੁੱਕ ਕੇ ਲਿਆਂਦੇ ਉਹਦਾ ਇਲਾਜ ਕੀਤਾ ਅੱਜ ਵੀ ਸਾਡੇ ਬਹੁਤ ਸਮਾਜ ਸੇਵੀ ਸੰਸਥਾਵਾਂ ਇਹ ਕੰਮ ਕਰ ਰਹੀਆਂ ਨੇ ਜਿਹੜੇ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਤੁਸੀਂ ਉਹ ਉਹਨਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਤੁਸੀਂ ਵੇਖ ਵੀ ਨਹੀਂ ਸਕੋਗੇ ਉਹਨਾਂ ਮਰੀਜ਼ਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਅੱਜ ਸੋਹਣੇ ਬਣਾ ਦਿੱਤੇ ਉਹਨਾਂ ਨੇ ਇਹ ਵੀ ਇੱਕ ਸੇਵਾ ਹੈ ਇਹ ਪੂਰਨੇ ਪਾਏ ਨੇ ਗੁਰੂ ਸਾਹਿਬ ਨੇ ਉਹਨਾਂ ਵੀਰਾਂ ਨੇ ਆਪਣੇ ਅੰਦਰੋਂ ਗੁਣ ਪ੍ਰਗਟ ਕੀਤੇ ਸਮਾਜ ਨੂੰ ਸੋਨਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੁਣ ਇੱਥੇ ਗੱਲ ਹੋ ਰਹੀ ਹੈ ਨਿਤ ਖਿਰਦੇ ਹਰ ਲੇਵ ਲਾਏ ਜਿਹੜਾ ਹਰ ਵਕਤ ਹਰ ਸਮੇਂ ਆਪਣੇ ਅੰਦਰ ਇਹ ਗੁਣ ਪ੍ਰਗਟ ਕਰਨ ਨੂੰ ਯੋਰ ਲਾਉਂਦਾ ਉਹ ਵੀ ਉਸ ਸਤਗੁਰ ਵਰਗਾ ਨਰਵੈਰ ਹੋ ਜਾਂਦਾ ਹੈ ਇਹ ਗੁਣ ਆਪਣੀ ਜ਼ਿੰਦਗੀ ਚੋਂ ਪ੍ਰਗਟ ਕਰਨੇ ਰਬINDER ਪਾਉ ਹੈ ਇਹ ਮੈਂ ਵੀ ਕਹਿੰਨਾ ਤੁਸੀਂ ਵੀ ਕਹਿ ਦਿਓ ਕਹਿਣਾ ਗੱਲ ਨਹੀਂ ਬਣੇਗੀ ਉਹ ਨਰਪਾਉ ਵਾਲਾ ਗੁਣ ਲੈ ਕੇ ਆਉਣਾ ਪਵੇਗਾ ਨਰਵੈਰ ਨਾਲ ਵੈਰ ਰਚਾਇੰਦਾ ਹੁਣ ਜਿਹੜੇ ਪ੍ਰਮਾਤਮਾ ਨਰਵੈਰ ਹੈ ਜਿਹੜੇ ਉਹਦੇ ਨਾਲ ਵੈਰ ਚ ਹੁਣ ਸਤਗੁਰ ਨਾਲ ਵੈਰ ਚਾਉਣ ਦਾ ਅਰਥ ਸਮਝਿਓ ਹੁਣ ਆਪਾਂ ਗੁਰੂ ਨਾਲ ਕੀ ਵੈਰ ਰਚਾਵਾਂਗੇ ਹੁਣ ਤੁਸੀਂ ਕਹੋਗੇ ਗੁਰੂ ਨਾਲ ਵੈਰ ਚਾਉਣ ਦਾ ਅਰਥ ਹੈ ਗੁਰੂ ਦੀ ਗੱਲ ਤੋਂ ਪਾਸਾ ਵਟਣਾ ਇਹ ਵੈਰ ਚਾਉਣਾ ਹੀ ਹੁਣ ਇਹ ਸਮਾਜ ਇਹ ਸੰਸਾਰ ਕੁ ਵੈਰੋ ਕਿੰਨੇ ਲੋਕ ਨੇ ਜਿਹੜੇ ਸਤਗੁਰ ਦੇ ਨਾਲ ਵੈਰ ਰਚਾ ਰਹੇ ਨੇ ਸਤਿਗੁਰੂ ਜੀ ਕੁਝ ਹੋਰ ਕਹਿ ਰਹੇ ਨੇ ਅਸੀਂ ਕੁਝ ਹੋਰ ਕਹੇ ਡਾਕਟਰ ਨਾਲ ਵੈਰ ਚਾਉਣ ਦਾ ਕੀ ਮੀਨਿੰਗ ਹੈ ਡਾਕਟਰ ਕਹਿੰਦਾ ਆਹ ਮੈਡੀਸਿਨ ਖਾ ਠੀਕ ਹੋਏਗਾ ਵੈਸੇ ਡਾਕਟਰ ਨੂੰ ਮੈਂ ਮਾੜਾ ਨਹੀਂ ਬੋਲਦਾ ਪਰ ਡਾਕਟਰ ਦੀ ਗੱਲ ਉਤੇ ਅਮਲ ਨਹੀਂ ਕਰਦਾ ਇਹ ਡਾਕਟਰ ਦੀ ਤਾਲੀਮ ਨਾਲ ਉਹਦੀ ਸਿੱਖਿਆ ਨਾਲ ਉਹਦੀ ਐਜੂਕੇਸ਼ਨ ਨਾਲ ਵੈਰ ਕਰਨਾ ਹੈ ਟੀਚਰ ਨਾਲ ਮੈਂ ਵੈਰ ਨਹੀਂ ਕਰਦਾ ਟੀਚਰ ਨਾਲ ਮੈਂ ਬੋਲਦਾ ਨਹੀਂ ਮੂ ਗਲਤ ਪਰ ਟੀਚਰ ਜੋ ਪੜਾਉਂਦਾ ਮੈਂ ਪੜ੍ਹਦਾ ਨਹੀਂ ਵਾਸਤਵ ਵਿੱਚ ਇਹੋ ਹੀ ਆਪਣੇ ਟੀਚਰ ਨਾਲ ਵੈਰ ਚਾਉਣਾ ਹੈ ਆਪਣੇ ਕਿਤੇ ਨਾਲ ਵੈਰ ਚਾਉਣਾ ਹੈ ਹੁਣ ਇੱਕ ਬੰਦਾ ਡਾਕਟਰ ਹੈ ਉਹਦਾ ਫਰਜ ਬੰਦਾ ਹੈ ਨਾ ਹਸਪੀਟਲ ਤੇ ਇਲਾਜ ਕਰਨਾ ਜੇ ਉਹ ਇਲਾਜ ਨਹੀਂ ਕਰਦਾ ਆਪਣੇ ਉਸ ਕੰਮ ਨੂੰ ਕਿਤੇ ਹੋਰ ਲਾਉਂਦਾ ਉਹ ਆਪਣੇ ਕਿਤੇ ਨਾਲ ਵੈਰ ਚਾ ਕੇ ਬੈਠਾ ਹੋਇਆ ਆਪਣੇ ਕਾਰੋਬਾਰ ਨਾਲ ਵੈਰ ਚਾ ਕੇ ਬੈਠਾ ਹੋਇਆ ਇੱਕ ਪੁਲਿਸ ਅਫਸਰ ਦਾ ਕੰਮ ਹੈ ਇਮਾਨਦਾਰੀ ਨਾਲ ਲੋਕਾਂ ਦੇ ਫੈਸਲੇ ਕਰਨੇ ਉਹਨਾਂ ਦੇ ਹੁੰਦਿਆਂ ਲੋਕ ਚੈਨ ਨਾਲ ਅਮਨ ਨਾਲ ਸਮਾਜ ਵਿੱਚ ਰਹਿਣ ਤੇ ਜੇ ਉਹ ਉਹਨਾਂ ਦੇ ਹੁੰਦੇ ਆ ਡਰਗ ਵਿਖਰੀ ਹੈ ਉਹਨਾਂ ਦੇ ਹੁੰਦੇ ਆ ਸਮੈਗ ਵਿਖਰੀ ਹੈ ਨਸ਼ੇ ਵਿਖਰੇ ਨੇ ਇਹਦਾ ਅਰਥ ਉਹ ਪੁਲਿਸ ਅਫਸਰ ਉਹ ਮਹਿਕਮਾ ਆਪਣੇ ਉਸ ਕੁੱਤੇ ਨਾਲ ਵੈਰ ਜਾ ਕੇ ਬੈਠਾ ਹੋਇਆ ਹੈ ਤੇ ਹਰ ਇੱਕ ਦੇ ਉੱਤੇ ਗਲ ਚੁੱਕੀ ਹੈ ਇਹਦੇ ਪ੍ਰਚਾਰਕ ਹੈ ਜੇ ਪ੍ਰਚਾਰਕ ਗੁਰੂ ਦੀ ਸਹੀ ਗੱਲ ਨੂੰ ਜਿੱਦਾਂ ਗੁਰੂ ਸਾਹਿਬ ਕਹਿਣਾ ਚਾਹੁੰਦੇ ਉਦਾਂ ਹੀ ਸਮਾਜ ਵਿੱਚ ਨਹੀਂ ਪੇਸ਼ ਕਰਦਾ ਕੁਝ ਵਿੱਚ ਆਪਣੇ ਵੱਲੋਂ ਗੱਲਾਂ ਜੋੜਦਾ ਹੈ ਤੇ ਪ੍ਰਚਾਰਕ ਵੀ ਆਪਣੇ ਗੁਰੂ ਨਾਲ ਵੈਰ ਜਾ ਕੇ ਬੈਠਾ ਹੈ ਹੁਣ ਇਸ ਮੁਤਾਬਕ ਤੁਸੀਂ ਵੇਖੋ ਸਮਾਜ ਦੇ ਕਿੰਨੇ ਡੇਰੇਦਾਰ ਜਿਹੜੇ ਗੁਰੂਆਂ ਵੈਰ ਚਾ ਕੇ ਬਿਠੇ ਨੇ ਗੁਰੂ ਦੇ ਬਰਾਬਰ ਗੱਦੀਆਂ ਲਾਉਣੀਆਂ ਗਦੇਲੇ ਲਾਉਣੇ ਆਸਣ ਲਾਉਣੇ ਗੁਰੂ ਦੇ ਬਰਾਬਰ ਬੈਠ ਕੇ ਆਪਣੀ ਪੂਜਾ ਕਰਾਉਣੀ ਹੁਣ ਇਥੇ ਸ਼ਬਦ ਵਰਤਿਆ ਨਰਵੈਰੈ ਨਾਲ ਗੁਰੂ ਤੇ ਨਰਵੈਰ ਹੈ ਪਰ ਅਸੀਂ ਵੈਰ ਚਾ ਕੇ ਬਿਠੇ ਵੈਰ ਕਰ ਚਾ ਕੇ ਬਿਠੇ ਅਸੀਂ ਉਹਦੀ ਗੱਲ ਮੰਨਦੇ ਨਹੀਂ ਸੀ ਤੁਸੀਂ ਕੁਝ ਹੋਰ ਕਹਿੰਦੇ ਹੋ ਮੈਂ ਕੁਝ ਹੋਰ ਕਹਿਣਾ ਮਾਰੋ ਅੱਜ ਧਿਆਨ ਸਾਡੇ ਅਨੰਦਕਾਰ ਚ ਗੁਰੂ ਦੀ ਸਿੱਖਿਆ ਮੁਤਾਬਕ ਹੋ ਰਹਿਣੀ ਸਾਡੇ ਬੱਚੇ ਦੇ ਜਨਮ ਤੋਂ ਲੈ ਕੇ ਪ੍ਰਾਣੇ ਦੀ ਚੜ੍ਹਾਈ ਕਰਨ ਤੱਕ ਸਾਡੇ ਘਰਾਂ 'ਚ ਗੁਰੂ ਦੀ ਸਿੱਖਿਆ ਕੰਮ ਕਰਦੀ ਹੈ ਨਹੀਂ ਕਰਦੀ ਸੀ ਗੁਰੂ ਨਾਲ ਵੈਰ ਰਚਾ ਕੇ ਬੈਠੇ ਆ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਖਿੰਮੇ ਕੋੜੇ ਹੋਏਗੇ ਜਿਤੜੇ ਮਾਇਆ ਭੋਗ ਨਰਵੈਰਾ ਨਾਲ ਵੈਰ ਰਚਾਏਂਦਾ ਆਪਣੇ ਘਰ ਲੁਕੀ ਲਾਏ ਆਪਣੇ ਘਰ ਹੁਣ ਘਰ ਸ਼ਬਦ ਹੈ ਨਾ ਹੁਣ ਘਰ ਦੀ ਜਦੋਂ ਘਰ ਦਾ ਸੀ ਆਪਾਂ ਪਹਿਲਿਆਂ ਸ਼ਲੋਕਾਂ 'ਚ ਪੜਿਆ ਸੀ ਵੀ ਜਦੋਂ ਆਪਾਂ ਮਾਇਆ ਦਾ ਨਾਮ ਲੈਂਦੇ ਆਂ ਇੱਕਦਮ ਸਾਡੇ ਬ੍ਰੇਨ 'ਚ ਮਾਇਆ ਦੀ ਪਿਕਚਰ ਬਣ ਜਾਂਦੀ ਹੈ। ਇੱਕਦਮ ਸਾਡੇ ਬ੍ਰੇਨ 'ਚ ਮਾਇਆ ਦੀ ਪਿਕਚਰ ਬਣਦੀ ਜਿਹੜਾ ਆਪਾਂ ਪਹਿਲਾਂ 22 ਨੰਬਰ ਸ਼ਲੋਕ ਵਿਚਾਰੇ ਹੁਣ ਆ 23 ਨੰਬਰ ਸ਼ਲੋਕ 'ਚ ਜਿਹੜੀ ਗੱਲ ਆਪਾਂ ਪੜ ਰਹੇ ਆਂ ਇੱਥੇ ਸ਼ਬਦਾ ਹੈ ਘਰ ਹੁਣ ਆਪਾਂ ਕਹੀਏ ਘਰ ਦੀ ਪਿਕਚਰ ਲਿਆਓ ਦਿਮਾਗ 'ਚ ਸਾਡੇ ਸਾਰਿਆਂ ਦੇ ਬ੍ਰੇਨ 'ਚ ਆਪੋ ਆਪਣੇ ਘਰ ਦੀ ਪਿਕਚਰ ਬਣ ਜਾਣੀ ਵੀ ਇੱਥੇ ਗੇਟ ਹੈ ਆ ਛੋਟਾ ਗੇਟ ਹੈ ਵੱਡਾ ਗੇਟ ਹੈ ਇਦਾਂ ਦੀ ਅੰਦਰ ਲੌਬੀ ਐ ਇਦਾਂ ਦਾ ਕਿਚਨ ਐ ਇਦਾਂ ਦਾ ਬਰਾਂਡਾ ਐ ਇਦਾਂ ਦੀ ਘਰ ਚ ਫੁੱਲ ਬੂਟੇ ਲੱਗੇ ਨੇ ਬਣ ਗਈ ਨਾ ਪਿਕਚਰ ਪਰ ਕੀ ਘਰ ਦਾ ਸਿਰਫ ਉਹੋ ਘਰ ਹੀ ਐ ਘਰ ਵੀ ਦੋ ਹੁੰਦੇ ਨੇ ਇੱਕ ਘਰ ਜਿਸ ਤਨ ਰਹਿੰਦਾ ਐ ਇੱਕ ਘਰ ਜਿਸ ਸਾਡਾ ਮਨ ਰਹਿੰਦਾ ਐ ਇੱਥੇ ਘਰ ਹਿਰਦੇ ਨੂੰ ਹਿਰਦੇ ਘਰ ਦੀ ਗੱਲ ਹੋ ਰਹੀ ਐ ਹੁਣ ਇਹ ਤੇ ਸ਼ਬਦ ਵਰਤਿਆ ਗੁਰਦੇਵ ਨੇ ਕਹਿੰਦੇ ਨਰਵੈਰੇ ਨਾਲ ਵੈਰ ਰਚਾਈਂਦਾ ਆਪਣੇ ਘਰ ਹੁਣ ਹੁਣ ਸੁਣਿਓ ਗੱਲ ਧਿਆਨ ਨਾਲ ਜਿਹੜਾ ਬੰਦਾ ਆਪਣੇ ਕਿਤੇ ਵਿੱਚ ਰਹਿ ਕੇ ਆਪਣੇ ਕਿਤੇ ਪ੍ਰਤੀ ਇਮਾਨਦਾਰ ਰਹਿਣਾ ਹੈਗਾ ਉਹਨੇ ਉਸ ਕਿਤੇ ਪ੍ਰਤੀ ਜੋ ਗੁਣ ਸਿੱਖਿਆ ਨਾ ਉਹਨੇ ਉਸ ਗੁਣ ਨੂੰ ਆਪੇ ਆ ਅਗ ਲਾ ਲਈ ਕਿਉਂਕਿ ਜਦੋਂ ਉਹਨੇ ਉਸ ਜਿਹੜਾ ਗੁਣ ਸਿੱਖਿਆ ਸੀ ਉਹ ਗੁਣ ਤੇ ਵਰਤਿਆ ਹੀ ਨਹੀਂ ਡਾਕਟਰ ਦਾ ਕੰਮ ਤੇ ਆਪਰੇਸ਼ਨ ਕਰਨਾ ਹੈ ਇਲਾਜ ਕਰਨਾ ਹੈ ਨਾ ਉਹ ਉਹ ਪਾਸੇ ਤੁਰਿਆ ਫਿਰੇ ਇੱਕ ਐਮ ਆਰ ਆ ਦਾ ਕੰਮ ਹੈ ਆਪਣੇ ਇੱਕ ਵਿਧਾਇਕ ਦਾ ਕੰਮ ਕੀ ਆ ਆਪਣੇ ਇਲਾਕੇ ਦੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਉਹ ਕਹਿੰਦਾ ਮੈਂ ਜੀ ਦਰਬਾਰ ਸਭ ਜਾ ਕੇ ਭਾਂਡੇ ਮਾਜ ਰਿਹਾ ਕੀ ਭਾਈ ਤੈਨੂੰ ਲੋਕਾਂ ਨੇ ਵੋਟਾਂ ਪਾ ਕੇ ਕਿਸੇ ਥਾਂ ਤੇ ਵਰਤਨ ਮਾਂਜਣ ਲਈ ਭੇਜਿਆ ਸੀ ਵਰਤਨ ਤਾਂ ਮਾਂਜੋ ਵਰਤਨ ਤੇ ਤੁਸੀਂ ਆਪਣੇ ਇਹ ਕੰਮ ਨਿਭੇੜਨ ਤੋਂ ਬਾਅਦ ਜਾ ਕੇ ਵਰਤਨ ਤੋਂ ਆਓ ਲੱਗਦਾ ਨਹੀਂ ਲੋਕਾਂ ਦਾ ਧਿਆਨ ਹਟਾਉਣ ਲਈ ਕਿ ਬੜਾ ਧਾਰਮਿਕ ਬੰਦਾ ਹੈ ਇਹ ਬੜਾ ਪਰਪਕਾਰੀ ਬੰਦਾ ਹੈ 4-4 ਸਾਢੇ ਸਾਢੇ 4-4 ਸਾਲ ਤੁਸੀਂ ਲੋਕਾਂ ਦੇ ਵੇਚਣਾ ਜਾਓ ਤੇ ਮਗਰੋਂ ਜਦੋਂ ਅਖੀਰ ਤੇ ਵੋਟਾਂ ਦਾ ਸਮਾਂ ਫੇਰ ਚੱਲ ਜਾਓ ਹੁਣ ਲੋਕ ਜਾਗ ਪੈ ਨੇ ਤੇ ਜਾਗੋ ਆਪੋ ਆਪਣੇ ਪਿੰਡਾਂ ਦੀ ਨਿਸ਼ਾਨਦੇਹੀ ਕਰੋ ਸਟੇ ਤੋ ਕਿ ਤੁਹਾਨੂੰ ਕੋਈ ਲੀਡਰ ਬੇਵਕੂਫ ਨਾ ਬਣਾ ਸਕੇ ਵਰਤੋ ਇਸ ਆਕਾਸ਼ ਨੂੰ ਵਰਤੋ ਇਸ ਖਜ਼ਾਨੇ ਨੂੰ ਜਿਹੜਾ ਮਾਲਕ ਨੇ ਦਿੱਤਾ ਸਾਨੂੰ ਬੜਾ ਬੰਦਾ ਅਮੀਰ ਹੈ ਅਮੇਨਾ ਕੀ ਕਰੂ ਅਸੀਂ ਗਰੀਬਾਂ ਜਿਹਦੇ ਕੋਲ ਆ ਐ ਨਾ ਉਹ ਬੜਾ ਅਮੀਰ ਹੈ ਲੋਕ ਐਦੀ ਕਮਾਈ ਖਾਂਦੇ ਨੇ ਇਹ ਬਹੁਤ ਬਹੁਤ ਵੱਡੀ ਚੀਜ਼ ਹੈ ਉਹ ਕਹਾਣੀ ਆਉਂਦੀ ਨਾ ਕਿਸੇ ਸ਼ਿਪ ਖਰਾਬ ਸੀ ਤੇ ਉਹਦਾ ਸਟਾਰਟ ਨਹੀਂ ਸੀ ਹੋ ਰਿਹਾ ਤੇ ਕਈਆਂ ਦਿਨਾਂ ਤੋਂ ਉਹਨੂੰ ਸਟਾਰਟ ਨਾ ਹੋਇਆ ਕਹਿੰਦੇ ਇੱਕ ਮਕੈਨਿਕ ਨੂੰ ਬੁਲਾਇਆ ਗਿਆ ਉਹਨੇ ਐ ਟਕਾ ਕੇ ਹਥੌੜਾ ਮਾਰਿਆ ਸਲਫ ਮਾਰਿਆ ਤੇ ਇਹਨਾਂ ਨੇ ਸਟਾਰਟ ਹੋ ਗਿਆ ਕੰਪਨੀ ਨੇ ਪੁੱਛਿਆ ਕਿੰਨਾ ਬਿੱਲ ਜੀ ਨੇ ਉਹਨੇ 5000 ਡਾਲਰ ਕਹਤਾ ਜੀ ਇਹਦਾ ਬਿੱਲ ਹੈ ਉਹ ਕਹਤਾ ਇੱਕ ਹਥੌੜੇ ਦਾ ਕਹਦਾ ਨਹੀਂ ਜੀ ਹਥੌੜੇ ਦਾ ਤੇ ਤੁਸੀਂ ਕਹਿ ਲੋ ਕਹਿ ਸਕਦੇ ਹੋ ਤੁਸੀਂ ਵੀ ਇਹ 100 ਡਾਲਰ ਹੀ ਹੈ ਕਹਿੰਦਾ ਬਾਕੀ ਕਹਿੰਦਾ ਬਾਕੀ 4900 ਇਸ ਗੱਲ ਦੇ ਵੀ ਹਥੌੜਾ ਮਾਰਨਾ ਕਿਥੇ ਉਹ ਉਹ ਹੀ ਨਹੀਂ ਦੱਸਣਾ ਸੀ ਹੋਈ ਨਹੀਂ ਦੱਸਣਾ ਸੀ ਕਹਦਾ ਤੁਸੀਂ ਐਂ ਕਰੋ ਜਿਹੜਾ ਮੈਂ ਥੋੜਾ ਮਾਰਿਆ ਉਹਦਾ ਸੌਦੇ ਦੋ ਪਰ ਤੁਸੀਂ ਮੈਂ ਫੇਰ ਉਹਦਾ ਕਰ ਦਿੰਦਾ ਤੁਸੀਂ ਆਪੇ ਠੀਕ ਕਰ ਲਓ ਖੇੜ ਤਾਂ ਸਾਰੇ ਇਹਦੀ ਹੈ ਨਾ ਤੁਹਾਡਾ ਆਪਣਾ ਹੀ 10 ਮਰਲੇ ਦਾ ਪਲਾਟ ਹੁੰਦਾ ਆਰਕੀਟੈਕਟ ਤੁਹਾਨੂੰ ਕਿਦਾਂ ਨਕਸ਼ਾ ਬਣਾ ਕੇ ਦੇ ਦਿੰਦਾ ਉਹ ਕੰਪਿਊਟਰ ਤੇ ਪੂਰਾ ਤੁਹਾਨੂੰ ਘਰ ਬਣਾ ਕੇ ਦੱਸ ਦਿੰਦਾ ਨਾ ਇੱਥੇ ਬੈੱਡਰੂਮ ਹੈ ਇੱਥੇ ਲੌਬੀ ਹੈ ਇੱਥੇ ਕਿਚਨ ਹੈ ਆ ਗगन ਹੈ ਇਹਨੂੰ ਆਕਾਸ਼ ਆਖਿਆ ਬਾਣੀ ਚ ਹੁਣ ਗੁਰਦੇਵ ਜੀ ਇੱਥੇ ਕੀ ਗੱਲ ਸਮਝਾ ਰਹੇ ਨੇ ਨਰਵੈਰੇ ਨਾਲ ਵੈਰ ਰਚਾਇਦਾ ਆਪਣੇ ਘਰ ਲੂਕੀ ਲਾਏ ਆਪਣੇ ਘਰ ਹੀ ਉਹਨੇ ਚੁਆਤੀ ਲਾ ਲਈ ਆਪਣੇ ਗੁਰੂ ਨਾਲ ਵੈਰ ਰਚਾ ਕੇ ਗੁਰੂ ਦੀ ਗੱਲ ਤੋਂ ਪਾਸਾ ਵਟ ਕੇ ਅੰਤਰ ਕ੍ਰੋਧ ਹੰਕਾਰ ਹੈ ਅੰਦਰ ਕ੍ਰੋਧ ਨਾਲ ਭਰਿਆ ਪਿਆ ਅੰਦਰ ਹੰਕਾਰ ਨਾਲ ਭਰਿਆ ਹੰਕਾਰ ਸਿਰ ਚੜ ਕੇ ਬੋਲਦਾ ਜੋ ਮੈਨੂੰ ਪਤਾ ਕਿਸੇ ਹੋਰ ਨੂੰ ਪਤਾ ਹੀ ਨਹੀਂ ਅੰਦਰ ਜਲਿਆ ਦਿਨ ਰਾਤ ਸੜ ਰਿਹਾ ਹੈ ਸਦਾ ਦੁੱਖ ਪਾਏ ਐਵੇਂ ਲੋਕ ਕਿਹਾ ਉਹਨੇ ਦੁਖੀ ਬੜਾ ਕੀਤਾ ਮੈਨੂੰ ਉਹਨੇ ਬੜਾ ਦੁਖੀ ਸਰਕਾਰਾਂ ਦੁਖੀ ਕਰਦੀਆਂ ਉਹ ਹੈਗੀਆਂ ਨੇ ਸਰਕਾਰਾਂ ਦੁਖੀ ਕਰਦੀਆਂ ਪਰ ਬਹੁਤ ਦੁਖੀ ਸੀ ਆਪਣੇ ਆਪ ਨੂੰ ਆਪ ਕੀਤਾ ਪੁੱਤਰਾਂ ਦੇ ਆਨੰਦ ਕਾਰਜ ਮਹਿੰਗੇ ਮਹਿੰਗੇ ਪੈਸਾਂ 'ਚ ਕਰਨੇ ਇਹ ਦੁੱਖ ਸਰਕਾਰ ਨੇ ਨਹੀਂ ਦਿੱਤੇ ਬੱਚਿਆਂ ਦੇ ਜਨਮ ਦਿਨ بڑے بڑے ਪੈਸਾਂ 'ਚ ਬਣਾਉਣੇ ਇਹ ਦੁੱਖ ਸਰਕਾਰ ਨੇ ਨਹੀਂ ਦਿੱਤੇ ਜਾ ਕੇ ਪੈਸਾਂ 'ਚ ਹਵਾਈ ਫੈਰ ਕਰਨੇ ਇਹ ਦੁੱਖ ਸਰਕਾਰ ਨੇ ਨਹੀਂ ਦਿੱਤੇ ਉਹ ਗੋਲੀ ਨਾਲ ਆਪਣੇ ਪਰਿਵਾਰ ਦਾ ਕੋਈ ਜੀ ਮਰ ਗਿਆ ਇਹ ਦੁੱਖ ਸਰਕਾਰ ਨੇ ਨਹੀਂ ਦਿੱਤੇ ਇਹ ਸਾਡੀਆਂ ਆਪਣੀਆਂ ਨਲਾਇਕੀਆਂ ਨੇ ਸਾਨੂੰ ਫੁਕਰੀਆਂ ਨੇ ਮਾਰੇ ਜਦੋਂ ਅਸੀਂ ਆਪਣੇ ਆਪ ਦੀ ਪਰਚੋਲ ਕਰਨੀ ਸਮਝ ਆ ਜਾਏਗੀ ਇਥੇ ਸ਼ਬਦ ਵਰਤੇ ਅੰਤਰ ਕ੍ਰੋਧ ਅਹੰਕਾਰ ਹੈ ਅੰਦਰ ਕ੍ਰੋਧ ਹੰਕਾਰ ਭਰਿਆ ਪਿਆ ਆਂਦਨ ਜਲੇ ਦਿਨ ਰਾਤ ਸੜ ਰਿਹਾ ਸਦਾ ਦੁੱਖ ਪਾਏ ਸਦਾ ਦੁਖੀ ਹੁੰਦਾ ਹੈ ਬੰਦਾ ਆਏ ਦੋਖ ਕੂੜ ਬੋਲ ਬੋਲ ਕੂੜ ਝੂਠ ਬੋਲ ਬੋਲ ਨਿਤ ਭੌਂਕਦੇ ਜਦੋਂ ਗੁਰੂ ਹੀ ਕੋਲ ਹੈ ਨਹੀਂ ਗੁਰੂ ਦੀ ਸਿੱਖਿਆ ਹੀ ਕੋਲ ਹੈ ਨਹੀਂ ਫਿਰ ਝੂਠ ਹੀ ਬੋਲਣਾ ਵੇਖੀ ਖਰਾਕ ਬਣ ਗਈ ਉਹ ਹੀ ਖਾਣਾ ਬਣ ਗਿਆ ਕੂੜ ਬੋਲ ਬੋਲ ਨਿਤ ਭੌਂਕਦੇ ਹੁਣ ਭੌਂਕਦਾ ਕੌਣ ਹੁੰਦਾ ਕੁੱਤਾ ਤੇ ਅੱਜ ਸਮਾਜ ਵਿੱਚ ਤੁਸੀਂ ਵੇਖੋ ਇਨਸਾਨੀ کردار ਵਾਲੇ ਮਨੁੱਖ ਤੁਹਾਨੂੰ ਬਹੁਤ ਘੱਟ ਮਿਲਦੇ ਨੇ ਇੱਕ ਕਿਰਦਾਰ ਵਾਲੇ ਥਾਂ ਥਾਂ ਤੇ ਮਿਲ ਪੈਣੇ ਬੇਕ ਖਾਦੇ ਯਾਰ ਖਾਰੇ ਆ ਦੂਜੇ ਪਾਏ ਦੂਜੇ ਪਾਹ ਚ ਲੱਗੇ ਹੋਏ ਦੂਜਾ ਪਾ ਆ ਗਿਆ ਹੁਣ ਦੂਜਾ ਪਾ ਇੱਕ ਪਾ ਹੁੰਦਾ ਫਿਰ ਵੈਰਗੇ ਦੇ ਨਾਲ ਸੀ ਹੁਣ ਪਾ ਦੂਜਾ ਆ ਗਿਆ ਹੁਣ ਬੱਚਾ ਜੇ ਇੱਕ ਇੱਕ ਜਗ੍ਹਾ ਤੇ ਫੋਕਸ ਹੋਏਗਾ ਕੰਮ ਜਦੋਂ ਦੂਜਾ ਪਾ ਆ ਗਿਆ ਫੇਲ ਹੋ ਜਾਣਾ ਉਹਨੇ ਬਹੁਤ ਪਿਆਰੀਆਂ ਗੱਲਾਂ ਰੋਜ਼ ਮਰਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਹੈ ਤਾਂ ਥਾਂ ਥਾਂ ਤੇ ਲਿਖਿਆ ਹੁੰਦਾ ਗੱਡੀ ਡਰਾਈਵ ਕਰਦੇ ਆ ਕਾਰ ਡਰਾਈਵ ਕਰਦੇ ਆ ਮੋਬਾਈਲ ਦੀ ਵਰਤੋਂ ਨਾ ਕਰੋ ਨਹੀਂ ਦੂਜਾ ਪਾ ਆ ਜਾਣਾ ਜੀ ਬ੍ਰੇਨ ਡਾਇਵਰਟ ਹੋ ਜਾਣਾ ਵੰਡਿਆ ਜਾਣਾ ਤੁਹਾਡਾ ਤੜੀ ਸੋਚ ਵੰਡੀ ਜਾਣੀ ਹੈ ਤੁਹਾਡਾ ਧਿਆਨ ਵੰਡਿਆ ਜਾਣਾ ਐਕਸੀਡੈਂਟ ਹੋਣ ਦੇ ਚਾਂਸ ਵੱਧ ਜਾਣੇ ਆ ਤਾਂ 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 ਤੇ ਲਿਖਿਆ ਹੁੰਦਾ ਇੱਕ ਵਕਤ ਇੱਕ ਕੰਮ ਕਰੋ ਇੱਕ ਵਕਤ ਇੱਕ ਕੰਮ ਕਰੋ ਆਈ ਧਿਆਨ ਖਿੰਡਿਆ ਭੇ ਹੁਣ ਇਹ ਤੇ ਸ਼ਬਦ ਵਰਤਿਆ ਕੂੜ ਬੋਲ ਬੋਲ ਨਿਤ ਭੌਂਕਦੇ ਨੇਤੀ ਭੌਂਕਦੇ ਬੇਖਾਦੇ ਦੂਜੇ ਪਾਈ ਜ਼ਹਿਰ ਖਾਰੇ ਆ ਹੁਣ ਬਿਖ ਦੀ ਆਪਾਂ ਡੈਫੀਨੇਸ਼ਨ ਕਲੀਅਰ ਕਰ ਚੁੱਕੇ ਆ ਮਾਇਆ ਮਾਇਆ ਨੂੰ ਸਤਿਗੁਰ ਨੇ ਬੇਖਾ ਕਿਹਾ ਸਾਪ ਨੂੰ ਆਖਿਆ ਜਿਹੜਾ ਬੰਦੇ ਨੂੰ ਘੇਰ ਕੇ ਬੈਠਾ ਹੋਇਆ ਹੈ ਬੇਖ ਮਾਇਆ ਕਾਰਨ ਹੁਣ ਅੱਗੇ ਗੱਲ ਆ ਗਈ ਬੇਖ ਮਾਇਆ ਫਿਰ ਗੱਲ ਕਲੀਅਰ ਹੋ ਗਈ ਬੇਖ ਮਾਇਆ ਮਾਇਆ ਹੀ ਬੇਖ ਹੈ ਇਹੋ ਹੀ ਯਰ ਜੇ ਚਾਹੁੰਦੇ ਅਸੀਂ ਯਰ ਤੋਂ ਬਚਣਾ ਤਾਂ ਇੱਕੋ ਤਰੀਕਾ ਹੈ ਫੇ ਗੁਰੂ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਓ। ਬਿਖ ਮਾਇਆ ਕਾਰਨ ਭਰਮ ਦੇ ਇਸ ਜ਼ਹਿਰ ਦੇ ਕਾਰਨ ਭਰਮ ਦੇ ਆ ਖਾ ਜੋ ਰੋਜ਼ ਰਹਾ। ਤੇ ਜ਼ਹਿਰ ਨੇ ਖوار ਕਰਤਾ। ਅਛਾ ਇਸ ਜ਼ਹਿਰ ਨੇ ਦੇਸ਼ ਤੋਂ ਪ੍ਰਦੇਸ਼ ਫੈਲਾ ਦਿੱਤਾ ਪਰ ਇਸ ਜ਼ਹਿਰ ਨੇ ਜ਼ਿੰਦਗੀਆਂ ਇਕ ਤਬਾਹ ਕਰਤੀਆਂ। ਕਈ ਬੰਦੇ ਭਲੇਖੇ ਚ ਪੈ ਜਾਂਦੇ ਸ਼ਾਇਦ ਉੱਥੇ ਸੋਕੇ ਉੱਥੇ ਸੋਕੇ ਹਿਰਨ ਦੀ ਮ੍ਰਿਗ ਤ੍ਰਿਸ਼ਨਾ ਜਿਵੇਂ ਹਿਰਨ ਨੂੰ ਲੱਗਦਾ ਉੱਥੇ ਪਾਣੀ ਹੈ ਉੱਥੇ ਪਾਣੀ ਹੈ। ਬੜੇ ਤੇਜ਼ ਭਜਦਾ ਰੋਕੇ ਜਾਂਦਾ ਪਾਣੀ ਹੁੰਦਾ ਹੀ ਨਹੀਂ। 50 ਵਾਲੇ ਨੂੰ ਲੱਗਦਾ 100 ਵਾਲਾ ਸੁખી ਹੈ 100 ਵਾਲੇ ਨੂੰ ਲੱਗਦਾ 1000 ਵਾਲਾ ਸੁખી ਹੈ 1000 ਵਾਲੇ ਨੂੰ ਲੱਗਦਾ ਹੈ ਲੱਖ ਵਾਲਾ ਸੁખી ਹੈ ਲੱਖ ਵਾਲੇ ਨੂੰ ਕਰੋੜ ਵਾਲਾ ਸੁખી ਲੱਗੀ ਜਾਂਦਾ ਹੈ ਪਰ ਜਦੋਂ ਪਹੁੰਚ ਜਾਣਾ ਉੱਥੇ ਕਹਿੰਦਾ ਯਾਰ ਸੁੱਖ ਤੇ ਇੱਥੇ ਵੀ ਹੈ ਨਹੀਂ ਸਹਿਸ ਖਟੇ ਲੱਖ ਕੋ ਉਠਤਾ ਵੇ ਤ੍ਰਿਪਤ ਨਾ ਵੈ ਮਾਇਆ ਪਾਛੇ ਪਾਵੇ ਇਹ ਨਹੀਂ ਮੈਂ ਕਹਿੰਦਾ ਪੈਸਾ ਨਹੀਂ ਹੋਣਾ ਪੈਸਾ ਹੋਣਾ ਚਾਹੀਦਾ ਪਰ ਇਹ ਬ੍ਰੇਨ ਚੋਂ ਗੱਲ ਬਾਤ ਕੱਢ ਦੇ ਵੀ ਪੈਸੇ ਨਾਲ ਸੁੱਖ ਆ ਜੂ ਤੁਹਾਡੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਨੇ ਪੈਸੇ ਨਾਲ ਤੁਸੀਂ ਬਾਹਰਲੇ ਸਾਧਨ ਪੈਦਾ ਕਰ ਸਕਦੇ ਹੋ ਪਰ ਇਹਨੂੰ ਸੁਖੀ ਨਹੀਂ ਖਾ ਸਕਦੇ ਨਾ ਇਹ ਸੁਖੀ ਦਾ ਸੱਜੇ ਬੇਖ ਮਾਇਆ ਕਾਰਨ ਪਰਮ ਦੇ ਫਿਰ ਘਰ ਘਰ ਹੁਣ ਇਥੇ ਘਰ ਦੇ ਅਰਥ ਤੁਸੀਂ ਦੋਵੇਂ ਕਰ ਲੋ ਫਿਰ ਦੇ ਰੂਪੀ ਘਰ ਚ ਵੀ ਤੇ ਇਟਾਂ ਰੂਪੀ ਜਿਸੇ ਸਰੀਰ ਰਿੰਦਾ ਇਟਾਂ ਵਾਲੇ ਘਰ ਚ ਵੀ ਜਿਹਦੀ ਜਿਹੜਾ ਬੇਖੰਦਾ ਨਾ ਉਹ ਘਰ ਘਰ ਪਤਗਵਾਏ ਉਹ ਕੱਲੇ ਕੱਲੇ ਘਰ ਚੋਂ ਦੀ ਕੋਈ ਇੱਜ਼ਤ ਨਹੀਂ ਹੁੰਦੀ ਕੋਈ ਲੋਕ ਉਹਦੀ ਇੱਜ਼ਤ ਨਹੀਂ ਕਰਦੇ ਕਹਿੰਦੇ ਬਸ ਰਹਿਣ ਦੇ ਭਲਾ ਭਾਈ ਇਹ ਬੰਦਾ ਲਾਲਚੀ ਆ ਘਰ ਘਰ ਕੱਲੇ ਕੱਲੇ ਘਰ ਚ ਕੱਲੇ ਕੱਲੇ ਹਿਰਦੇ ਚ ਕੱਲੇ ਕੱਲੇ ਜੀਵ ਚ ਕੱਲੇ ਕੱਲੇ ਮਨੁੱਖ ਚ ਉਹਦੀ ਕੋਈ ਇੱਜ਼ਤ ਨਹੀਂ ਹੁੰਦੀ ਕਹਿੰਦੇ ਯਾਰ ਖਾਂਦਾ ਭਾਈ ਘਰ ਘਰ ਪਤਗਵਾਏ ਤੇ ਜਿਹਦੀ ਸਰੀਰੂਪੀ ਇਸ ਘਰ ਚ ਇੱਜ਼ਤ ਕੋਈ ਨਹੀਂ ਤੇ ਇਟਾਂ ਵਾਲੇ ਘਰ ਚ ਕਿੱਦਾਂ ਇੱਜ਼ਤ ਹੋਏਗੀ ਫੇਰ ਕੋਈ ਇਤਨਾਲੇ ਘਰ ਜੀ ਤੇ ਬੰਦਾ ਹੀ ਰਹਿੰਦਾ ਘਰ ਵੀ ਤੋਹੀ ਹੁੰਦਾ ਜਿੱਤ ਕੋ ਰਹਿੰਦਾ ਤੇ ਖੰਡਰ ਹੁੰਦਾ ਸੁਹਣਾ ਤਾਂ ਲੱਗਦਾ ਜਿਵੇਂ ਚਾਰ ਜੀ ਵਿੱਚ ਹੋਏ ਨੇ ਫਿਰ ਘਰ ਘਰ ਪੱਤ ਗਵਾਇਓ ਕੱਲੇ ਕੱਲੇ ਹਿਰਦੇ ਦੇ ਵਿੱਚੋਂ ਆਪਣੀ ਇੱਜ਼ਤ ਗਵਾ ਲੈਂਦਾ ਹੈ ਕੌਣ ਜਿਹੜਾ ਯਾਰ ਖਾਂਦਾ ਫਿਰ ਇਹੋ ਜਿਹੇ ਬੰਦੇ ਦੀ ਹਾਲਤ ਕੀ ਹੁੰਦੀ ਹੈ ਬੇਸ਼ੁਆ ਕੇਰੇ ਪੁੱਤ ਜਿਉ ਹੁਣ ਬੇਸ਼ੁਆ ਦੇ ਘਰ ਪੁੱਤਰ ਜਨਮ ਲਵੇ ਮਾਣਨਾ ਕਹਿ ਸਕਦਾ ਮੈਂ ਇਹਦਾ ਮੇਰੇ ਬਾਪ ਦਾ ਨਾਮ ਆਏ ਸਵਾਗਣ ਦੇ ਘਰ ਪੁੱਤਰ ਜਨਮ ਲੈਂਦਾ ਉਹ ਵੀ ਦੱਸਦੀ ਇਹਦਾ ਬਾਪ ਇਹ ਹੈ ਬੱਚਾ ਵੀ ਦੱਸਦਾ ਹੈ ਮੇਰਾ ਪਿਤਾ ਇਹ ਹੈ ਬਾਪ ਵੀ ਕਹਿੰਦਾ ਮੇਰਾ ਪੁੱਤਰ ਹੈ ਹੁਣ ਸਤਿਗੁਰੂ ਜੀ ਕਹਿੰਦੇ ਵੇਸ਼ਵਾ ਕੇਰੇ ਪੁੱਤ ਜਿਓ ਜਿਵੇਂ ਵੇਸ਼ਵਾ ਦੇ ਘਰ ਪੁੱਤਰ ਪੈਦਾ ਹੋ ਪਵੇ ਪਿਤਾ ਨਾਮ ਤਿਸ ਜਾਏ ਪਿਤਾ ਦਾ ਨਾਮ ਜਾਇਦਾਰ ਤੱਕ ਗੁੰਮ ਪਿਤਾ ਦਾ ਨਾ ਪਤਾ ਹੀ ਨਹੀਂ ਪਿਤਾ ਕੌਣ ਇਹਦਾ ਹੁਣ ਇਹ ਇਹ ਕੰਪੈਰੀਸ਼ਨ ਕਿਹਦੇ ਨਾਲ ਕੀਤਾ ਉਸ ਬੰਦੇ ਨਾਲ ਜਿਹੜਾ ਯਰ ਖਾਂਦਾ ਹੈ ਉਸ ਬੰਦੇ ਨਾਲ ਜਿਹੜਾ ਗੁਰੂ ਨਾਲ ਵੈਰ ਕਮਾ ਕੇ ਬੈਠਾ ਉਸ ਬੰਦੇ ਨਾਲ ਜਿਹੜਾ ਗੁਰੂ ਦੀ ਸਿੱਖਿਆ ਉਤੇ ਅਮਲ ਨਹੀਂ ਕਰਦਾ ਉਹਦਾ ਜੀਵਨ ਉਸ ਬੱਚੇ ਵਰਗਾ ਜਿਹਦੇ ਪਿਤਾ ਦਾ ਨਾਮ ਹੁਣ ਬੇਸ਼ਬਾਕੇ ਰ ਪਿਤਾ ਦਾ ਨਾਮ ਹੈ ਹੀ ਨਹੀਂ ਤੇ ਇੱਥੇ ਬੰਦੇ ਦਾ ਪਿਤਾ ਦਾ ਨਾਮ ਹੈ ਮਾਨਣਾ ਕਸਦਾ ਮੈਂ ਉਸ ਅਕਾਲ ਦਾ ਬੇਟਾ ਉਹਨੂੰ ਬਾਪ ਬਣਾ ਕੇ ਬੈਠਾ ਉਹਨੂੰ ਬਾਪ ਬਣਾ ਕੇ ਬੈਠਾ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰੂ ਸ਼ਾਤੀ ਤੇ ਆਥਮਰ ਕੇ ਕਹਿ ਸਕਦਾ ਮੈਂ ਉਸ ਅਕਾਲ ਪੁਰਖ ਨੂੰ ਮੰਨਦਾ ਇਥੇ ਡੇਰਿਆਂ ਦੀ ਖਾਕ ਛਾਨਣ ਵਾਲੇ ਫਿਰਦੇ ਪਤਾ ਕਿ ਹੁੰਦੇ ਸਾਡੇ ਤੇ ਮਹਾਂਪੁਰਖਾਂ ਦੀ ਕਿਰਪਾ ਹੈ ਉਹ ਮਹਾਂਪੁਰਖ ਦਾ ਪਟਾਕਾ ਪੈਣਾ ਮੁੜ ਕੇ ਦੂਜਾ ਮਹਾਂਪੁਰਖ ਆਇਆ ਨਾ ਤੇ ਤੀਜਾ ਆਇਆ ਨਾ ਵੇਸ਼ ਵਾ ਕੇ ਰਪੂਤ ਜਿਉਂ ਉਹ ਨਿਆਣਿਆਂ ਨੂੰ ਦੱਸ ਦੋ ਪਿਓ ਇੱਕੋ ਹੀ ਆ ਜਵਾਕਾਂ ਨੂੰ ਮਰਨ ਤੋਂ ਪਹਿਲਾਂ ਦੱਸ ਜਾਓ ਇਹ ਨਾ ਹੋਵੇ ਤੁਹਾਡੀ ਡੈਥ ਹੋਣ ਤੋਂ ਬਾਅਦ ਉਹ ਬੱਚਾ ਚਰਸਤੇ ਚ ਖਲੋਤਾ ਹੋਵੇ ਤੇ ਬੋਂ ਫੜ ਕੇ ਕੋਈ ਕਵੇ ਆ ਜਾ ਮੈਨੂੰ ਮੰਨ ਆ ਜਾ ਮੈਨੂੰ ਮੰਨ ਕਮ ਸੇ ਕਮ ਬੱਚੇ ਇੱਕ ਐ ਕਹਿ ਕੇ ਇਹ ਕਹਿਣ ਜੋਗੇ ਹੁਣ ਸਾਡੇ ਮਾਪੇ ਨੇ ਦੱਸਿਆ ਇੱਕ ਅਕਾਲ ਤੋ ਬਿਨਾਂ ਦੂਜੇ ਦੀ ਪੂਜਾ ਨਹੀਂ ਕਰਨੀ ਇੱਕ ਅਕਾਲ ਤੋ ਬਿਨਾਂ ਦੂਜੇ ਨੂੰ ਨਹੀਂ ਮੰਨਣਾ ਸਾਡਾ ਬਾਪ ਇੱਕ ਹੈ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਇਹ ਗੱਲਾਂ ਤੇ ਭਾਵੇਂ ਇੱਥੇ دنیਵੀਂ ਕੀਤੀਆਂ ਪਰ ਸਿੱਖਿਆ ਸਾਨੂੰ ਇਹ ਦਿੱਤੀ ਕਿ ਤੇ ਤੇਰੀ ਹਾਲਤ ਉਸ ਵਰਗੀ ਇੱਥੇ ਤੇ ਵੇਸ਼ਵਾ ਦੇ ਪੁੱਤਰ ਆਲਾ ਸਾਫ ਹੋਇਆ ਪਿਆ ਕਈ ਬੰਦੇ ਤੁਸੀਂ ਵੇਖਣਾ ਮੈਂ ਤੇ ਉਹਨੂੰ ਵੀ ਮੰਨਦਾ ਜੀ ਮੈਂ ਤੇ ਉਹਨਾਂ ਕਈ ਲੀਡਰ ਤੁਸੀਂ ਵੇਖ ਕੇ ਹਰ ਥਾਂ ਤੇ ਜਾ ਕੇ ਬਸ ਜ਼ਿਕਾਰੇ ਛੱਡ ਆਉਂਦੇ ਆ। ਇਹ ਕਦਾ ਹੋ ਜਾ। ਕਈ ਪੋਲੀਟਿਕਲ ਬੰਦੇ ਪਾਰਟੀਆਂ ਵਿੱਚ ਇੱਦ ਕਰਦੇ ਆ। ਢੜੇ ਬਦਲਦੇ ਨੇ ਸਾਰੀ ਜ਼ਿੰਦਗੀ। ਸਾਰੀ ਜ਼ਿੰਦਗੀ ਢੜੇ ਬਦਲਦੇ ਚਪਲ ਨਾਲੋਂ ਪਹਿਲੇ ਆ। ਚਪਲ ਵੀ ਤਿਲਕਣ ਲੱਗਿਆਂ ਥੋੜਾ ਬਹੁਤਾ ਟਾਈਮ ਲਾਉਂਦੀ ਐ। ਉਹ ਵੀ ਅੜ ਉੜ ਜਾਂਦੀ ਜਦੋਂ ਤਿਲਕਣ ਲੱਗਿਆਂ ਚਪਲ ਕਈ ਵਾਰੀ ਅੜ ਜਾਂਦੀ ਆ। ਕਈ ਤਾਂ ਬੰਦੇ ਐਡੇ ਤਿਲਕਣ ਅਰੇ ਪਤਾ ਹੀ ਨਹੀਂ ਲੱਗਦਾ ਕਿੱਥੇ ਕਿਹੜੇ ਵੇਲੇ ਕਿੱਥੇ ਤਿਲਕੇ ਜਾਣਾ। ਇਹਦੇ ਉਹਰੇ ਬੇਸ਼ਵਕੇਰੇ ਪੁੱਤ ਜਿਉਂ ਪਿਤਾ ਨਾਮ ਤਿਸ ਜਾਏ ਪਿਤਾ ਦਾ ਨਾਮ ਨਹੀਂ ਪਤਾ ਇੱਥੇ ਵੀ ਤੁਹਾਨੂੰ ਬੜੇ ਮਿਲ ਜਣੇ ਜਿਨ੍ਹਾਂ ਦੇ ਪਿਤਾ ਦਾ ਨਾਮ ਪਤਾ ਹੀ ਨਹੀਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਇਹ ਕਿਹੜੇ ਗੁਰੂ ਨੂੰ ਮੰਨਦਾ ਜਿੱਥੇ ਨਾਮ ਅਥਾ ਦੇ ਕਿਦਣਾ ਹਰ ਹਰ ਨਾਮ ਨਾ ਚੇਤਨੀ ਉਹ ਹਰੀ ਦੇ ਨਾਮ ਨੂੰ ਚੇਤੇ ਨਹੀਂ ਕਰਦੇ ਕਰਤਾ ਆਪ ਖੁਆਏ ਉਹ ਸੱਚ ਨੂੰ ਚੇਤੇ ਨਹੀਂ ਕਰਦੇ ਸਮਝ ਲਓ ਕਰਤੇ ਦਾ ਉਹ ਨਿਜਮ ਸੀ ਜਦੋਂ ਸੱਚ ਨਾਲ ਟੁੱਟ ਗਏ ਫਿਰ ਖੁਆਰਤੇ ਹੋਣੇ ਸੀ ਖੱਜਲਤੇ ਹੋਣੇ ਸੀ ਹਰ ਗੁਰਮੁਖ ਕਿਰਪਾ ਧਾਰਨ ਜਿਹੜੇ ਗੁਰੂ ਦੇ ਰਾਹੀ ਉਸ ਹਰੀ ਦੀ ਕਿਰਪਾ ਨੂੰ ਧਾਰਨ ਕਰ ਲੈਂਦੇ ਆ ਵੇਖੋ ਚੇਤਾ ਰੱਖਿਓ ਕਿ ਰੱਬ ਕਿਰਪਾ ਕਰੂ ਤੇ ਗੱਲ ਬਣੂ ਨਾ 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 ਰੱਬ ਦੀ ਕਿਰਪਾ ਹੈਗੀ ਆ ਕਿਰਪਾ ਤੈਨੂੰ ਧਾਰਨ ਕਰਨੀ ਪਈ ਟੀਚਰ ਪੜ੍ਹਾ ਰਿਹਾ ਹੈ ਪੜ੍ਹਨਾ ਤੈਨੂੰ ਪੈਣਾ ਹੈ ਡਾਕਟਰ ਇਲਾਜ ਕਰ ਰਿਹਾ ਹੈ ਇਲਾਜ ਤੈਨੂੰ ਕਰਾਉਣਾ ਪੈਣਾ ਹੈ ਇਹ ਇਹਨਾਂ ਕੁੜੀਆਂ ਨੂੰ ਸਮਝਣ ਦੀ ਲੋੜ ਹੈ ਕਿਰਪਾ ਉਹਦੀ ਹੋ ਰਹੀ ਹੈ ਇਹ ਨਹੀਂ ਕਿਰਪਾ ਹੋਏਗੀ ਤੇ ਨਾ ਇਥੇ ਲੱਭੋ ਜਿਆ ਹਰ ਗੁਰਮੁਖ ਕਿਰਪਾ ਧਾਰਿਓ ਨੇ ਜਿਸ ਨੇ ਗੁਰੂ ਦੇ ਰਾਹੀ ਉਸ ਮਾਲਕ ਦੀ ਕਿਰਪਾ ਨੂੰ ਧਾਰਨ ਕਰ ਲਿਆ ਗ੍ਰਹਿਣ ਕਰ ਲਿਆ ਜਨ ਵਿਛੜੇ ਆਪ ਮਿਲਾਏ ਉਹ ਜਨ ਵਿਛੜੇ ਹੋਏ ਦੂਰ ਹੋਏ ਆਪ ਮਿਲਾਏ ਆਪ ਆਣ ਕੇ ਮਿਲ ਪਏ ਇੱਕ ਮਿਕੂ ਗਏ ਜਨ ਨਾਨਕ ਤੇ ਇਸ ਬਲਿਹਾਰਣ ਹੈ ਨਾਨਕ ਜਨ ਉਹਨਾਂ ਤੋਂ ਕੁਰਬਾਨ ਜਾਂਦਾ ਹੈ ਜੋ ਸਤਗੁਰ ਲਾਗੇ ਪਾਏ ਇਹਨੂੰ ਪਾਏ ਪੜਨਾ ਪਾਏ ਪੱਪਾ ਪਪੇ ਨੂੰ ਕੰਨਾ ਈੜੀ ਈੜੀ ਨੂੰ ਸਿਆਰੀ ਪਾਏ ਜਿਹੜੇ ਸਤਿਗੁਰ ਦੇ ਪੈਰੀਂ ਪੈਂਦੇ ਨੇ ਚਰਨੀ ਲਗਦੇ ਨੇ ਤੇ ਗੁਰੂ ਦਾ ਚਰਨ ਕੀ ਹੈ ਗੁਰੂ ਦਾ ਸ਼ਬਦ ਹਿਰਦੇ ਚਰਨ ਹੁਣ ਪੈਰ ਫੇਰ ਨਾ ਲੱਭਦੇ ਫਿਰੋ ਕਿਸੇ ਬਾਬੇ ਦੇ ਕਿਉਂਕਿ ਇਹ ਪੈਰ ਸੜ ਜਾਣੇ ਹੋਰ 2016 ਨੂੰ ਹੂੰ ਕਈ ਐਡੇ ਟੀਟਾ ਮਰਿਆ ਬਾਬਿਆਂ ਦੇ ਪੈਰਾਂ ਦੀਆਂ ਫੋਟੋਆਂ ਵੀ ਲਾ ਕੇ ਰੱਖੀ ਉਹਨਾਂ ਨੇ ਉਹਨਾਂ ਨੂੰ ਮੱਥੇ ਟੇਕਦੇ ਉਹ ਪਲਿਓ ਉਹ ਪੈਰ ਆ ਜਿਹੜੇ ਸਦਾ ਹਿਰਦੇ 'ਚ ਟਿਕਾਏ ਜਾ ਸਕਦੇ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਦੀਓ ਪਾਲ ਆਓ ਸਤਿਗੁਰ ਜੀ ਦਾ ਇਹ ਪਾਵਨ ਉਪਦੇਸ਼ ਜਿੰਦਗੀ 'ਚ ਵਸਾਈਏ ਤੇ ਉਹ ਆਪਣੇ ਗੁਰੂ ਨਾਲ ਵੈਰ ਨਾ ਰਚਾਈਏ ਨਾ ਗੁਰੂ ਨਾਲ ਵੈਰ ਨਹੀਂ ਰਚਾਉਣਾ ਗੁਰੂ ਦੇ ਨਾਲ ਪਿਆਰ ਪਾਉਣਾ ਆਓ ਆਪਣੇ ਹਿਰਦੇ ਰੂਪੀ ਘਰ ਵਿੱਚੋਂ ਉਹ ਗੁਣ ਪ੍ਰਗਟ ਕਰਨ ਦਾ ਯਤਨ ਕਰੀਏ ਬਹੁਤ ਪਿਆਰਾ ਬਚਨ ਸਤਿਗੁਰ ਦਾ ਜੋ ਅੱਜ ਆਪਾਂ ਵਿਚਾਰਿਆ ਸਤਿਗੁਰ ਨਾਲ ਵੈਰ ਨਹੀਂ ਰਚਾਉਣਾ ਸਤਗੁਰੂ ਨਾਲ ਪਿਆਰ ਪਾ ਕੇ ਆਪਣੀ ਜ਼ਿੰਦਗੀ ਚੋਂ ਉਹ ਨਿਰਵੈਰਤਾ ਵਾਲਾ ਗੁਣ ਪ੍ਰਗਟ ਕਰਕੇ ਜੀਵਨ ਨੂੰ ਖੂਬਸੂਰਤ ਬਣਾਈ ਹੈ ਸਾਰਿਆਂ ਦਾ ਧੰਨਵਾਦ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ